ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀ ਜਾਣਕਾਰੀ ਜੀ ਦੱਸਣਾ ਚਾਹੁੰਦਾ ਕਿ ਅੱਜ ਦਿੱਲੀ ਦੇ ਵਿੱਚ ਸਾਡੇ ਜਿਹੜੇ ਰੇਲ ਮਿਨਿਸਟਰ ਨੇ ਪਿਊਸ਼ ਗੋਇਲ ਜੀ, ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਕਿਉਂਕਿ ਜਿਹੜਾ ਦੁਸ਼ਹਿਰੇ 'ਤੇ ਵੱਡਾ ਦੁਖਾਂਤ ਵਾਪਰ ਰਿਹਾ ਅੰਮ੍ਰਿਤਸਰ ਦੇ ਵਿੱਚ, ਉਹਦੀ ਇਨਕੁਆਇਰੀ ਨੂੰ ਲੈ ਕੇ ਦੁਛਤਾ 'ਚ ਸੀ, ਕਿਉਂਕਿ ਜਿਹੜੇ ਸਟੇਟ ਮਿਨਿਸਟਰ ਉਸ ਦਿਨ ਆਏ ਆ ਜਾਂ ਉਹਨਾਂ ਦੇ ਚੇਅਰਮੈਨ ਲੋਹਾਨੀ ਜੀ ਆਏ, ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਸੀ, ਕਲੀਨ ਚਿੱਟ ਦੇ ਦਿੱਤੀ ਸੀ ਕਿ ਰੇਲਵੇ ਦੇ ਅੰਡਰ ਕੋਈ ਇਨਕੁਆਇਰੀ ਇਸ ਐਕਸੀਡੈਂਟ ਦੀ ਬਣਦੀ ਨਹੀਂ ਗੀ, ਕਿਉਂਕਿ ਟ੍ਰੈਸਪਾਸਿੰਗ ਹੈ। ਸੋ ਮੈਂ ਉਹਨਾਂ ਨੂੰ ਅੱਜ ਸੈਂਕਸ਼ਨ 113 ਦਾ 1A ਉਹਨਾਂ ਦੇ ਨਾਲ ਉਹਨਾਂ ਨਾਲ ਡਿਸਕਸ ਕੀਤਾ ਕਿ ਇਹ ਸੈਕਸ਼ਨ ਦੇ ਤਹਿਤ ਜੇ ਕੋਈ ਬੰਦੇ ਦੀ ਰੇਲਵੇ ਦੇ ਅੰਡਰ ਕੋਈ ਮੌਤ ਹੁੰਦੀ ਆ ਤਾਂ ਉਹਦੀ ਜਿਹੜੀ ਇਨਕੁਆਇਰੀ ਆ ਉਹ ਇੱਕ ਰੇਲਵੇ ਐਕਸੀਡੈਂਟ ਦੇ ਤੌਰ 'ਤੇ ਜਾਣਿਆ ਜਾਏਗਾ, ਤਾਂ ਉਹਦੀ ਇਨਕੁਆਇਰੀ ਰੇਲਵੇ ਡਿਪਾਰਟਮੈਂਟ ਕਰ ਸਕਦਾ, ਕਿਉਂਕਿ ਇਹ ਜਿਹੜਾ ਰੇਲਵੇ ਡਿਪਾਰਟਮੈਂਟ ਹੈ ਇਹ ਉੱਥੇ ਹੀ ਇਨਕੁਆਇਰੀ ਕਰਦੇ ਜਿੱਥੇ ਪੈਸੇਂਜਰ ਦਾ ਨੁਕਸਾਨ ਹੋਵੇ ਜਾਂ ਗੱਡੀਆਂ ਆਪਸ ਸਟਰੋਂਗ ਟਕਰਾਉਣ, ਜਿਹੜੀ ਕੋਈ ਇੱਦਾਂ ਸੂਸਾਈਡ ਦੀ ਘਟਨਾ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਟ੍ਰੈਸ ਪਾਸਿੰਗ ਵਾਲੀ ਹੁੰਦੀ, ਉੱਥੇ ਇਨਕੁਆਇਰੀ ਨਹੀਂ ਕਰਦੇ। ਪਰ ਮੈਂ ਉਹਨਾਂ ਨੂੰ ਇੱਕ ਇਹ ਵੀ ਹਵਾਲਾ ਦਿੱਤਾ ਕਿ ਇੱਕ ਹਾਥੀ ਮਰ ਗਿਆ ਸੀ 14-15 ਦੇ ਵਿੱਚ ਰੇਲ ਦੇ ਟ੍ਰੇਨ ਦੇ ਥੱਲੇ ਆ ਕੇ, ਅਤੇ ਇਹਨਾਂ ਨੇ ਇੱਕ ਡਰਾਈਵਰ ਨੂੰ ਸਸਪੈਂਡ ਕਰਕੇ ਇਨਕੁਆਇਰੀ ਕੀਤੀ ਸੀ, ਅਤੇ ਇਹ ਤਾਂ ਜਾਨਾਂ ਨੇ ਮਨੁੱਖ ਦੀਆਂ ਗਈਆਂ। ਸੋ ਰੇਲਵੇ ਮਿਨਿਸਟਰ ਸਾਹਿਬ ਨੇ ਇਸ ਚੀਜ਼ ਨੂੰ ਸਮਝਦੇ ਹੋਏ ਜਿਹੜਾ ਮੈਂ ਉਹਨਾਂ ਦੇ ਅੱਗੇ ਇਹ ਮੁੱਦਾ ਰੱਖਿਆ, ਉਹਨਾਂ ਨੇ CRS ਦੀ ਕਮਿਸ਼ਨ ਆਫ ਰੇਲਵੇ ਸੇਫਟੀ ਦੀ ਇਨਕੁਆਇਰੀ ਜਿਹੜੀ ਆ, ਮਿਸਟਰ ਲੋਹਾਨੀ ਜਿਹੜੇ ਚੇਅਰਮੈਨ ਸੀ ਉੱਥੇ ਹੀ ਸਨ, ਉਹਨਾਂ ਨੂੰ ਕਿਹਾ ਕਿ ਜੇ ਮੈਂਬਰ ਪਾਰਲੀਮੈਂਟ ਚਾਹੁੰਦੇ ਨੇ ਉੱਥੇ ਜਾਂ ਲੋਕ ਚਾਹੁੰਦੇ ਨੇ ਉੱਥੋਂ ਦੇ, ਤਾਂ ਇਹ ਇਨਕੁਆਇਰੀ ਸਾਨੂੰ ਕਰਨੀ ਚਾਹੀਦੀ ਹੈ। ਔਰ ਉਹਨਾਂ ਨੇ ਉਸੇ ਵੇਲੇ ਉਹਨਾਂ ਨੂੰ ਇਨਕੁਆਇਰੀ ਜਿਹੜੀ ਆ ਉਹ ਮਾਰਕ ਕਰ ਦਿੱਤੀ, ਔਰ ਇਹ ਜਿਹੜੀ ਇਨਕੁਆਇਰੀ ਹੈ ਜਦੋਂ ਹੋਏਗੀ ਉਹਦੇ ਨਾਲ ਫਿਰ ਸਾਰਾ ਕੁਝ ਕਲੀਅਰ ਹੋਏਗਾ ਕਿ ਦੁਰਘਟਨਾ ਦੇ ਵਿੱਚ ਕਿਹੜਾ ਕਿਹੜਾ ਦੋਸ਼ੀ ਹੈ। ਕਿਉਂਕਿ ਜਿਹੜੀ CRS ਹੈ ਇਹ ਅੰਡਰ ਸਿਵਲ ਐਵੀਏਸ਼ਨ ਮਿਨਿਸਟਰੀ ਦੇ ਆਉਂਦੀ ਹੈ, ਕਿਉਂਕਿ ਇਹ ਜਿਹੜਾ ਰੇਲਵੇ ਡਿਪਾਰਟਮੈਂਟ ਆ ਇਹ ਇਸ ਕਰਕੇ ਇੰਡੀਪੈਂਡੈਂਟ ਜਿਹੜੀ ਹੈ ਇਹਦੀ ਇਨਕੁਆਇਰੀ ਹੋਏਗੀ। ਅਸੀਂ ਸਿਵਲ ਐਵੀਏਸ਼ਨ ਮਿਨਿਸਟਰ ਨੂੰ ਵੀ ਲਿਖਿਆ ਕਿ CC ਚੀਫ ਕਮਿਸ਼ਨਰ ਆਫ ਰੇਲਵੇ ਸੇਫਟੀ ਨੇ ਇਹਦਾ ਸੂ ਮੋਟਿਵ ਨੋਟਿਸ ਕਿਉਂ ਨਹੀਂ ਲਿਆ, ਕਿਉਂਕਿ ਆਪਣੇ ਆਪ ਹੀ ਬਣਦਾ ਇੰਨਾ ਵੱਡਾ ਦੁਖਾਂਤ ਜਿਹਦਾ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਿੰਦਿਆ ਹੋਈ ਹੋਵੇ। ਸੋ ਇਹ ਇਨਕੁਆਇਰੀ ਜਿਹੜੀ ਆ ਅੱਜ ਮਾਰਕ ਹੋਈ ਆ, ਉਹਦੇ ਨਾਲ ਮੈਂ ਮੰਗ ਕੀਤੀ ਹੈ ਕਿ ਜਿਹੜਾ ਇਹਨਾਂ ਨੂੰ ਸਹਾਇਤਾ ਦਿੱਤੀ ਗਈ ਆਰਥਿਕ ਮਦਦ ਉਹ ਵੀ ਵਧਾਈ ਜਾਵੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਦੇ ਨਹੀਂ ਸਕਦੇ ਜਿਹੜਾ ਇੱਦਾਂ ਟ੍ਰੈਸ ਪਾਸਿੰਗ ਵਾਲਾ ਕੇਸ ਹੁੰਦਾ। ਮੈਂ ਕਿਹਾ ਟ੍ਰੈਸ ਪਾਸਿੰਗ ਵਾਲਾ ਕੇਸ ਤਾਂ ਬਾਅਦ 'ਚ ਡਿਸਾਈਡ ਹੋਏਗਾ ਨਾ ਜਦੋਂ ਰੇਲਵੇ ਦੀ ਇਨਕੁਆਇਰੀ ਕੰਪਲੀਟ ਹੋਏਗੀ। ਪਰ ਜੇ ਪ੍ਰਧਾਨ ਮੰਤਰੀ ਰਾਹਤ ਕੋਸ਼ 'ਚੋਂ ਵੀ ਦਿੱਤਾ ਗਿਆ ਤਾਂ 2-2 ਲੱਖ ਰੁਪਈਆ ਕੋਈ ਐਡੀ ਵੱਡੀ ਅਮਾਊਂਟ ਨਹੀਂ ਗੀ, ਇਹਨਾਂ ਨੂੰ ਘੱਟੋ ਘੱਟ 10-10 ਲੱਖ ਰੁਪਈਆ ਤੁਹਾਨੂੰ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚੋਂ। ਔਰ ਉਹਦੇ ਨਾਲ ਇੱਕ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਹੈ, ਕਿਉਂਕਿ ਰੂਟੀਨ 'ਚ ਹਾਦਸਾ ਹੋਵੇ ਗੱਲ ਹੋ ਰਿਹਾ, ਦੁਸ਼ਹਿਰੇ ਵਾਲੇ ਦਿਨ ਇੰਨਾ ਵੱਡਾ ਹਾਦਸਾ ਵਾਪਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜ੍ਹੇ ਕਰਦਾ ਹੈ। ਅਤੇ ਸਾਡਾ ਸਰਕਾਰਾਂ ਦਾ ਫਰਜ਼ ਬਣਦਾ ਹੈ, ਚਾਹੇ ਇੱਕ ਦੀ ਮੌਤ ਹੋਏ ਚਾਹੇ ਇਸ ਤੋਂ ਵੱਧ ਵੀ ਹੋਣ, ਅਸੀਂ ਲੋਕ ਉਹਨਾਂ ਲੋਕਾਂ ਦੀ ਸਹਾਇਤਾ ਕਰੀਏ। ਸੋ ਮੈਂ ਇਸੇ ਵਾਸਤੇ ਇਹਨਾਂ ਨੂੰ ਅੱਜ ਸਪੈਸ਼ਲ ਟਾਈਮ ਲੈ ਕੇ 3 ਵਜੇ ਮੀਟਿੰਗ ਸੀ ਉਹਨਾਂ ਨਾਲ ਮੀਟਿੰਗ ਕਰਕੇ, ਔਰ ਇਹ ਜਿਹੜੀ ਚੀਜ਼ ਆ ਇਹ ਰੱਖੀ ਆ, ਔਰ ਉਹਨਾਂ ਨੇ ਇਨਕੁਆਇਰੀ ਜਿਹੜੀ ਆ ਉਹ CRS ਦੀ ਮਾਰਕ ਕਰ ਦਿੱਤੀ ਹੈ।